उठ। हां जी तेनू इना नहीं पता कि ने रोटी टुक भी खाना वा? ते मैं नहीं ठीक, मैंने बुखार होया, नहीं बनन दी ते मैं की करा? उठ उठ रोटी पका, कड्डा तेनू पैया चढ़िया। चल चल पखंड मार दी बिना वजह दे। अग्गे मैं किन्ने कदी के पखंड मारे आ? मैनू नहीं पता, मैनू भुख लगी आ, सवेर दी रोटी दित्ती आ। मम्मी की गल ना कर, रोटी लाउन ली तू आ, मम्मी नहीं आ। उठ ते रोटी पका। पखंडिया सारे, उठ चल चल। मेनू नहीं लगता, भुख लगी आ, पखंडी आ। और की आ ਜਿਹੜੇ ਇੱਕ ਬੰਦਾ ਠੀਕ ਨਹੀਂ ਆ, ਤੁਸੀਂ ਮੈਨੂੰ ਦੱਸੋ ਮੈਂ ਪਖੰਡ ਕਰਕੇ ਤੁਹਾਡੇ ਕੋਲ ਹੁੰਦੇ ਇਦਾਂ? ਮੇਰੇ ਕੋਲ ਨਹੀਂ ਹੁੰਦੇ, ਤਾਂ ਹੀ ਤੇ ਕਹਿਣ ਡਿਆ ਮੈਨੂੰ ਦਿਖਣ ਡਿਆ ਵੀ ਪਖੰਡ ਆ। ਕਦੀ ਤੂੰ ਤਾਈ ਵਾਲਾ ਬਹਾਨਾ ਲੈ ਕੇ ਬਹਿ ਜਾਨੀ ਆ, ਕਦੀ ਤੂੰ ਆ ਬਿਮਾਰ ਵਾਲਾ ਬਹਾਨਾ ਲੈ ਕੇ ਬਹਿ ਜਾਨੀ ਆ। ਤਾਈ ਵਾਲਾ ਮੈਂ ਕਿਹੜਾ ਬਹਾਨਾ ਲੈ ਕੇ ਬੈਠੀ, ਦੱਸੋ ਨਾ। ਕਿਉਂ ਬਹਾਨੇ ਹੀ ਆ, ਤਾਈ ਦੀਆਂ ਵੀ ਸਿਖਾਲੀਆਂ ਗੱਲਾਂ ਤੇ ਤੂੰ ਬੜਾ ਅਮਲ ਕਰਦੀ ਆ। ਮੈਨੂੰ ਤਾਂ ਕੁਝ ਵੀ ਨਹੀਂ ਸਿਖਾਲਿਆ, ਠੀਕ ਨਹੀਂ ਆ, ਮੈਂ ਤਾਂ ਲੰਮੇ ਪਈ ਆ। ਠੀਕ ਠੂਕ ਆ ਤੂੰ, ਕੋਈ ਚੱਕਰ ਨਹੀਂ ਆਇਆ ਤੈਨੂੰ। ਚਲ ਰੋਟੀ ਪਕਾ ਜਾ ਕੇ। ਭੁੱਖ ਲੱਗੀ ਗੋੜੇ ਗੋੜੇ ਨਹੀਂ ਪੱਕਣੀ, ਤਾਂ ਹੀ ਮੈਂ ਕਿਹਾ ਸੀ ਪੱਕਣੀ ਨੀ ਤੇਰੇ ਤੋਂ। ਤੇਰੇ ਕੋਲ ਨੀ ਕੱਖ ਵੀ ਹੁੰਦਾ ਬਹਾਨੇ ਮਾਰਨ ਨੂੰ, ਆ ਸੌਣ ਨੂੰ ਤੈਨੂੰ ਕਹਿ ਦਾਂ ਤੇ 2-2.5 ਘੰਟੇ ਤੂੰ ਸੌਣ। ਜੇ ਮੰਮੀ ਆਣ ਕੇ ਪਕਾ ਲੂ ਦੋ ਰੋਟੀਆਂ, ਕੱਸ ਜਾਣਾ ਮੰਮੀ ਨੇ, ਉੱਥੇ ਕੀ ਹੋ ਜਾਣਾ? ਕਹਿੰਦਾ ਮੇਰੀ ਮਾਂ ਨਾ ਕੰਮ ਕਰੇ, ਤੂੰ ਹੀ ਕਰ ਜਿੰਨਾ ਤੂੰ ਕਰ ਸਕਦੀ ਹੈ। ਇਹ ਵੀ ਨੀ ਦਿਖਣ ਡਿਆ ਵੀ ਕੋਈ ਬਿਮਾਰ ਵਾ ਕਿ ਨਹੀਂ ਬਿਮਾਰ। ਮੱਛਰ ਬਹੁਤ ਵਾ, ਤੋੜਨ ਵਾਲੀਆਂ ਹੋਈਆਂ, ਤੋੜ ਲਈਏ ਨਿੱਕੀਆਂ ਹੀ ਆ, ਓਦਾਂ ਮਾਸਾ ਕੋਈ ਗੱਲ ਨੀ, ਭਲਕੇ ਹੋ ਜਾਣਗੀਆਂ। ਅੱਜ ਪਾਣੀ ਪੂਣੀ ਪਾ ਦਿੰਦੇ ਆ, ਰਹਿਣ ਦਾ? ਆਹੋ ਰਹਿਣ ਦੇ, ਅੱਜ ਦਾ ਦਿਨ ਵੇਖ ਕਿਹੜੇ ਕਿਹੜੇ ਬੂਟੇ ਚੜ ਗਏ ਆ ਕਿਤੇ। ਉਦੋਂ ਤੇ ਤੂੰ ਵੀ ਆਖੀ ਜਾਂਦੀ ਵੀ ਰੂੜੀ ਪਾ ਦੋ ਇਹਨੂੰ, ਰੂੜੀ ਪਾ ਦੋ, ਦੇਸੀ ਗੋਹੇ ਦਾ ਕਮਾਲ ਹੀ ਹੋਏ, ਦੇਸੀ ਰੂੜੀ ਪਾਈ ਸੀ ਉਹਦਾ ਕਰਕੇ ਇੱਥੇ ਵੱਧ ਗਈਆਂ ਜ਼ਿਆਦਾ। ਪਰ ਜਦੋਂ ਨਿੱਕੀਆਂ ਸੀ ਉਦੋਂ ਤੇ ਮੈਂ ਇਹੋ ਆਨੀ, ਮੈਂ ਨਹੀਂ ਵੱਡੀਆਂ ਹੁਣ, ਚੱਲ ਭਿੰਡੀਆਂ ਲੱਗਣੀਆਂ ਛੇਤੀ, ਉਹਦੇ ਚੜ ਗਈਆਂ ਤਾਂ ਦੀਆਂ ਤਾਂ ਹੀ ਆਹ ਵੀ ਲੱਗਣ ਡਈ ਆ ਉਦਾਂ ਦੇ, ਨਹੀਂ ਲੱਗੀਆਂ ਬਹੁਤ ਵਾ, ਪਰ ਥੋੜੀ ਨਿੱਕੀਆਂ ਵਾ, ਅੱਜ ਰਹਿਣ ਦਿੰਦੇ ਪਾਣੀ ਪਾਉਂਦੇ ਆ ਨਾ, ਸਵੇਰ ਤੱਕ ਹੋ ਜਾਣੀਆਂ ਵਾ। ਚੱਲ ਕੋਈ ਨਹੀਂ ਡੈਡੀ ਜੀ, ਤੁਸੀਂ ਇੱਧਰ ਆਏ ਆ, ਮੈਂ ਉਧਰ ਰੱਬ ਲੱਭ ਖੱਬ ਗਈ, ਮੈਂ ਪਤਾ ਨਹੀਂ ਕਿੱਥੇ ਚੱਲ ਗਈ ਚੁੱਪ ਚੁਪੀਤੇ। ਆ ਵੀ ਇੱਧਰ ਹੀ, ਮੈਂ ਵੀ ਲੱਭਦੀ ਲੱਭਦੀ ਇੱਧਰ ਨੂੰ ਆਈ ਕਿ ਮੈਂ ਸਾਰੇ ਤੂੰ ਵੀ ਨਹੀਂ ਜਾਈ, ਹਾਂ ਤੂੰ ਵੀ ਉਧਰੋਂ ਤੋੜ ਕੇ ਲਿਆਈ ਲੱਗਦੀ ਘਰ ਆ ਜੇ ਬੂਟੇ। ਆਹ ਦੋ ਕੁ ਜਿਹੜੇ ਉੱਥੇ ਨਹੀਂ ਹੋਏ ਹੈਗੇ, ਬਾਕੀ ਤਾਂ ਮਰ ਮੁਰ ਗਏ ਆ, ਤੇ ਆਹ ਕਿੱਡੇ ਕਿੱਡੇ ਵੱਡੀਆਂ ਹੋ ਗਏ, ਭਿੰਡੀਆਂ ਇੰਨੀਆਂ ਲੱਗਦੀਆਂ ਨਹੀਂ ਇਹਨਾਂ ਨੂੰ। ਆਹ ਪੁੱਤ ਲੱਗ ਜਾਣੀਆਂ ਹੋਣਗੇ, ਮੈਂ ਕਿਹਾ ਰਾਤ ਦਾ ਗੁਜ਼ਾਰਾ ਹੋ ਜੂਗੀ, ਤੁਸੀਂ ਕਿਉਂ ਨਹੀਂ ਤੋੜੀਆਂ? ਤਾਂ ਦੇ ਰਹਿਣ ਦੋ ਨਿੱਕੀਆਂ ਮਾਂ, ਤੁਸੀਂ ਰਹਿਣ ਦੇ ਕਿ ਤੋੜਨੀਆਂ ਵਾ ਮਾਂ, ਸਗੋਂ ਚੰਗੀਆਂ ਬਣ ਜਾਣਗੀਆਂ, ਝੱਟ ਪਗਲ ਜਾਂਦੀਆਂ। ਚੱਲ ਨਾ ਹੋਗਾ ਵਿੱਚ ਪੁੱਤ ਆਲੂ ਉਲੂ ਪਾ ਲਈ ਕੋ, ਆਲੂ ਥੋੜੀ ਪਾਈਦੇ ਆ ਇਹਨਾਂ 'ਚ, ਕਈ ਵਾਰ ਮੰਮੀ ਗੁਜ਼ਾਰੇ ਕਰਨੇ ਆ। ਆਲੂ ਗੁਜ਼ਾਰਾ ਕਰਨਾ ਹੋਵੇ ਤੇ ਆਲੂ ਪਾ ਕੇ ਗੰਡਾ ਜ਼ਿਆਦਾ ਪਾ ਲਓ, ਗੰਡਾ ਜ਼ਿਆਦਾ ਪਾ ਲਓ, ਸਾਡੇ ਡੰਗ ਸਰ ਜੂ ਤੁਹਾਡਾ, ਰਾਤ ਦਾ ਸਰ ਜੂ ਕਰ, ਨਾਲੇ ਸਬਜ਼ੀ ਕਿੰਨੀ ਮਹਿੰਗੀ ਆ। ਆਹੋ ਇਹ ਤੇ ਹੈ, ਇੱਕ ਤਾਂ ਸਪਰੇਅ ਮਾਰਨੀ ਉਹ ਹੁਣ ਇਹਨੂੰ, ਕਾਹਦੀ ਡੈਡੀ? ਰਗਵੀਰ ਆਉਂਦਾ ਤੂੰ ਆਖੀ ਸਪਰੇਅ ਮਾਰ ਦੇ, ਆਵੇ ਪਤਾ ਪੱਤੇ ਨਾ ਖਾ ਗਈ ਜਿਸ ਤਰ੍ਹਾਂ ਆਵੇ। ਮੈਂ ਬਾਬਾ ਇਹ ਨਹੀਂ ਸਪਰੇਅ ਮਾਰਨੀ, ਸਪਰੇਅ ਵਾਂਗਾ ਤੋ ਫਿਰ ਦੁਕਾਨਾਂ ਵਾਲੇ ਹਿਸਾਬ ਹੋ ਜਾਏਗਾ। ਫਿਰ ਉਹ ਤੇ ਡੈਡੀ ਜੀ ਬਾਹਰ ਵਾਲਾ ਹਿਸਾਬ ਹੋ ਗਿਆ, ਉਹ ਮੱਛਰ ਵਾਲੀ ਮਾਰਨੀ ਕਿ ਦੂਜੀ ਥੋੜਾ ਮਾਰਨੀ ਤੇਜ਼? ਅੱਛਾ ਠੀਕ, ਮੱਛਰ ਵਾਲੀ ਮਾਰ ਦੇਣੀ ਆ। ਹਾਏ ਕਿੱਦਾਂ ਕੰਡ ਲੜਨ ਡਈ ਆ, ਕਿਹੜੀ ਲੜਦੀ ਹੁੰਦੀ ਆ? ਮੈਂ ਨਹੀਂ ਤੋੜਨੀ ਆ, ਹਾਂ ਫੜੋ ਨਾ ਤੁਸੀਂ ਦੋਵੇਂ ਪਿਓਤੀ ਤੋੜ ਲਓ, ਮੈਂ ਖਲੋ ਜਾਂਦੀ ਇੱਥੇ। ਲੱਤ ਗਈਆਂ ਤੋੜੀਆਂ ਕੋ, ਸ਼ਾਮਾਂ ਨੂੰ ਹੋਰ ਲੱਤ ਜਾਣਗੀਆਂ ਜਿਹੜੀਆਂ ਹੋਣਗੀਆਂ ਨਿੱਕੀਆਂ ਨਿੱਕੀਆਂ। ਆਹੋ ਤੇ ਚਲੋ ਫਿਰ ਗੰਡੇ ਗੁੰਡੇ ਪਾ ਕੇ ਤੇ ਹੋ ਜੂ ਗੁਜ਼ਾਰਾ। ਆਹ ਕੋ ਇੱਕ ਹੈਗੀਆਂ ਬਹੁਤ ਵਾਤਰਾ, ਚਾ ਠੰਡੇ ਹੋਏ ਤੋੜ ਲਿਓ, ਫਿਰ ਜਦੋਂ ਗੁਜ਼ਾਰਾ ਤਰਨੀਆਂ ਗੰਡੇ ਪਾ ਕੇ ਨਾ, ਜਿੱਦੀ ਕ ਬਣੂਗੀ ਉਨੀ ਕ ਬਣਾ ਲਿਓ, ਨਾ ਹੋਗਾ ਤੇ ਮੈਂ ਚਾਰਨਾ ਹੀ ਖਾ ਲੂੰਗਾ ਤੇ ਤੁਸੀਂ ਬਣਾ ਖਾ ਲਿਓ ਸਬਜ਼ੀ ਨਾਲ। ਨਾ ਕੀ ਬੜਬੜ ਕਰੀ ਜਾਣ ਡੀਆਂ ਤੂੰ, ਰੋਟੀ ਪਕਾਉਣੀ ਪੈਣੀ ਆ ਜਿਹੜਾ ਤੇਰਾ ਕੰਮ ਆ, ਤੂੰ ਸੱਜ ਕੇ ਬੈੱਡ ਤੇ ਬਹਿਣ ਨੂੰ ਨਹੀਂ ਆ, ਹਾਂ ਰੋਟੀ ਪਕਾਉਣੀ ਆਈ ਤੂੰ ਇੱਥੇ, ਨਾਲੇ ਨਾ ਮੂੰਹ ਬੰਨ ਕੇ ਖੰਗੀ, ਆ ਥੁੱਕ ਤੱਕ ਆਟੇ 'ਚ ਨਾ ਪਾ ਦੀ ਗੁੰਨਣ ਲੱਗਿਆ।
जे एडा ही आवे भी मैं बीच थुक पा देना जा कुछ भी पका लो फिर मेरे को नहीं पकदिया। ठीक है मैं अगे नहीं नक चो मेरे पानी हो गया पका लो मेरे को नहीं पकदी। ना की पका लो जे खानी भुख लगी है ना तुहानू ते बारो मंगा लो को खाणो बारो बुरो नहीं मंगा लो रोटी पका रोटी रोटी खानी है। मेरा इन्ना बुरा हाल सिर मेरा पटन दिया नको मेरे पानी आउंदे मैं किदा करा इत्थे दवाई दी लभ ते दवाई खा भूए चढ़ गई ज्यादा एदा लाउणा ही पैना सिरों पानी जिहड़ा लंघ गया ना हुण एदा नहीं इहने सूत्र आउणा दाल चने होर कई को इन्हां नूं हुण कुछ लगण नहीं डिया इन्हां नूं वढ दो मैदानी गंदर आवे फुल पए फुल झूठे जे ही हुण मैनूं लगदा औड़े जे गए जिद्दां इत्थे मैनूं नहीं समझ लगदी कुछ वी सियाणे पता की आंदे हुंदे आ ती होवे जवान घरे गाल ना कढीए फुल्लां उत्ते आई वेल नूं कदे ना वढीए ਇਹਨਾਂ ਨੂੰ ਪਾਣੀ ਪਾਈਏ ਆਪੇ ਲੱਗਣ ਡੈ ਪੈਣਾ ਠੀਕ ਨੀ ਜਿਹੜੇ ਫੁੱਲਾਂ ਦੇ ਚੀਜ਼ ਆਈ ਹੋਵੇ ਉਹਨੂੰ ਵੱਢਣਾ ਨੀ ਚਾਹੀਦਾ ਆਹੋ ਫਲ ਲੱਗਣਾ ਉਤੋਂ ਫੁੱਲਾਂ ਤੋਂ ਗੜੀ ਫਲ ਬਣਨਾ ਹੁਣ ਜਦੋਂ ਹਾਂ ਇਹਨੂੰ ਪਾਣੀ ਪਾਓ ਪਾਣੀ ਪਾਉਂਦੇ ਆ ਪਾਣੀ ਪਾਈਏ ਲੜਦੀਆਂ ਹੁੰਦੀਆਂ ਵਾ ਜਿੱਦਾਂ ਲੱਗੇ ਨਾ ਕਿਤੇ ਟੋਕਰਿਆਂ ਨਾਲ ਰੱਥਣੀਆਂ ਸਬਜ਼ੀਆਂ ਪੜੋਲਾਂ ਦੀ ਵੇਖੋ ਕਿੱਦਾਂ ਵੇਲ ਚੜੀ ਤਾਂ ਬੜਾ ਵਧੀਆ ਕੰਮ ਆ ਜਾ ਗਈ ਬੰਡੇ ਪਤਾ ਨਹੀਂ ਮੈਨੂੰ ਆ ਗਈ ਹੋਣੀ ਆ ਜਾਊਗੀ ਚਾਹੇ ਅਸੀਂ ਕਿਹੜੇ ਉੱਧਰ ਨੂੰ ਗਏ ਸਵੇਰ ਦੇ ਨਾਲੇ ਜਾਇਓ ਬਣਾ ਕੋਈ ਗੱਲ ਨਹੀਂ ਗੀ ਪਤਾ ਕਿਉਂ ਐਵੇਂ ਸ਼ੱਕੋ ਸ਼ੱਕੀ ਬੜਾ ਵਾ ਉਹਨੂੰ ਤੇ ਨਾਲੇ ਸਾਡੇ ਜਾਣਾ ਜੇ ਕਿਸੇ ਦੇ ਘਰ ਲੜਾਈ ਪੈਂਦੀ ਹੈ ਤਾਂ ਸਾਨੂੰ ਲੋੜ ਵੀ ਕੀ ਕਿਸੇ ਦਾ ਘਰ ਕੋਈ ਨਹੀਂ ਸਾਡਾ ਇਹ ਆ ਵੀ ਮਾਲਕ ਘੜੀ ਅਰਦਾਸਾਂ ਕਰੋ ਸੱਚੇ ਪਾਤਸ਼ਾਹ ਹਰ ਕੋਈ ਖਾਂਦਾ ਹੀ ਦੇਹ ਵਸਦਾ ਹੀ ਦੇਹ ਕਿਸੇ ਦੇ ਮੂੰਹ ਚੋਂ ਭੋਰਾ ਡਿੱਗੂਗਾ ਤੇ ਖਰਿਆ ਸਾਡੇ ਵਰਗੇ ਗਰੀਬਾਂ ਦੇ ਮੂੰਹ 'ਚ ਵੀ ਪੈ ਜੂ ਇਹ ਤਾਂ ਹੈ ਮਾਲਕ ਹਰ ਇੱਕ ਨੂੰ ਦੇ ਸੱਚੇ ਪਾਤਸ਼ਾਹ ਬਹੁਤਾ ਬਹੁਤਾ ਦੇ ਹਰ ਇੱਕ ਨੂੰ ਨਾ ਕੀ ਤੂੰ ਆਣ ਕੇ ਫੇਰ ਬੈੱਡ ਤੇ ਡਿੱਪੀ ਆ ਬੈੱਡ ਤੇ ਡਿੱਗਣਾ ਮੈਂ ਕੀ ਤੁਹਾਨੂੰ ਇੱਕ ਵਾਰੀ ਨਹੀਂ ਸਮਝ ਲੱਗਦੀ ਮੇਰੀ ਗੱਲ ਦੀ ਯਾਰ ਮੈਨੂੰ ਭੁੱਖ ਲੱਗੀ ਆ ਸਵੇਰ ਦਾ ਤੇਰੇ ਮੂੰਹ ਵੱਲ ਵੇਖਣ ਡਿਆ ਵਾਂ ਦਵਾਈ ਲਿਆ ਕੇ ਦੋ ਮਹੀਨੇ ਪਹਿਲੋਂ ਤੈਨੂੰ ਜਿਹੜਾ ਜ਼ਿਆਦਾ ਤਾਪ ਚੜਿਆ ਨਾ ਆਉਂਦੀ ਆ ਮੰਮੀ ਤੇ ਤੇਰਾ ਲਾਉਂਦੀ ਆ ਤਾਪ ਦਿੰਦੀ ਤੈਨੂੰ ਦਵਾਈ ਮੰਮੀ ਵੀ ਤੁਹਾਡੇ ਵਰਗੀ ਆ ਗਾਣੀ ਕੀ ਬੜਬੜ ਕੁਛ ਨਹੀਂ ਕਿਹਾ ਮੈਂ ਉੱਠ ਰੋਟੀ ਦੇ ਚੱਲ ਹਾਏ ਤੁਹਾਨੂੰ ਮੇਰੀ ਨਹੀਂ ਸਮਝ ਲੱਗ ਮੇਰੇ ਕੋ ਨਹੀਂ ਪੱਕਦੀ ਨਾ ਮੈਂ ਲਾਉਣੀ ਆ ਜਦੋਂ ਨਹੀਂ ਠੀਕ ਆ ਕਿਹੜੀ ਮੈਂ ਪਕਾਉਂਦੀ ਰੋਟੀਆਂ ਤੂੰ ਬਹੁਤਾ ਬੋਲਣ ਡਈ ਹੈ ਤੇ ਮੈਂ ਦੱਸਣ ਦਾ ਤੇਰਾ ਇਲਾਜ ਮੈਂ ਕਰ ਦੇਣਾ ਹੀ ਹੋ ਅੱਗੇ ਕੀ ਕਸਰ ਛੱਡਦੇ ਅੱਗੇ ਵੀ ਹੱਥ ਚੁੱਕਦੇ ਹੀ ਅੱਜ ਚੱਲ ਉੱਠ ਫੇਰ ਰੋਟੀ ਪਕਾ ਚੱਲ ਨਹੀਂ ਪੱਕਣੀ ਮੈਂ ਨਹੀਂ ਚੱਲ ਚੱਲ ਮੈਨੂੰ ਰੋਟੀ ਚਾਹੀਦੀ ਰੋਟੀ ਬਸ ਵੇ ਲੋ ਅੱਜ ਦਾ ਦਿਨ ਬਾਹਰੋਂ ਲੈ ਆਓ ਮੈਂ ਤਾਂ ਰੋਟੀ ਪਕਾ ਬਾਹਰੋਂ ਕੀ ਲੈ ਆਓ ਬਾਹਰੇ ਬਹੁਤ ਚੰਗੀਆਂ ਚੀਜ਼ਾਂ ਚੱਲ ਰੋਟੀ ਪਕਾ ਜਾ ਕੇ ਚੱਲ ਉਧਰ ਬਲਜੀਤ ਹੀ ਚੱਲ ਗਈ ਆ ਪਤਾ ਨਹੀਂ ਤੇ ਭਿੰਡੀਆਂ ਰੱਖ ਕੇ ਕਿੱਧਰ ਚੱਲ ਗਈ ਆ ਆਵੇ ਪਾਣੀ ਤੂੰ ਵੀ ਚੱਲ ਗਈ ਡੈਡੀ ਜੀ ਕੰਡ ਬੜੀ ਲਾਂਡੀ ਆ ਹਾਂ ਵਾਕਿਆ ਕੰਡ ਬੜੀ ਲੜੀ ਉਹਦੀ ਭਿੰਡੀਆਂ ਦੀ ਸਭ ਤੋਂ ਗਈ ਤੇ ਉਹ ਵਿਚਾਰੀ ਸੋਖੀ ਇੱਥੇ ਆ ਜਾ ਪੁੱਤ ਤੇ ਸੋ ਢੋਲਦੀ ਫਿਰਦੀ ਅੱਛਾ ਕਿ ਮੈਂ ਲਾਗੇ ਜਾ ਕੇ ਮੈਂ ਮਾੜਾ ਜਿਹਾ ਇਸ਼ਾਰਾ ਕੀਤਾ ਮੈਂ ਕੀ ਗੱਲ ਹੋਈ ਆ ਹਾਂ ਤੇ ਆਂਦੀ ਦੀਦੀ ਇੱਥੇ ਮੇਰੇ ਲਾਗੇ ਆ ਜਾ ਤੇ ਜਦੋਂ ਉਹਦੇ ਤੋਂ ਤੂੰ ਬੋਲਿਆ ਮੈਂ ਜਾਣਿਆ ਚਾਹੀ ਕੋ ਚੱਜਣਾ ਤੇ ਇਹਨਾਂ ਨੂੰ ਮੈਨੂੰ ਜਦਾ ਬੁਖਾਰ ਬੁਖੂਰ ਹੋਇਆ ਵਾ ਤੇ ਮੈਨੂੰ ਜਦਾ ਚੱਜਣਾ ਦਵਾਈ ਵੀ ਨਹੀਂ ਲਿਆ ਕੇ ਦਿੱਤੀ ਤੇ ਉਹ ਵੇਲਾ ਚਾਚੀ ਦੇ ਕੰਮ ਕਿੱਦਣ ਦੀ ਗਈ ਆ ਤੂੰ ਕਿ ਤੂੰ ਆ ਜਾ ਉਹਦਾ ਵੱਡੀ ਦਾ ਹੀ ਪੱਖ ਪੂਰ ਪੂਰ ਮਰ ਚੱਲੀ ਆ ਨਹੀਂ ਉਹਨੂੰ ਕੁੱਟ ਕੁੱਟ ਕੇ ਬਿਮਾਰ ਕਰ ਦਿੱਤਾ ਮੈਨੂੰ ਲੱਗਦਾ ਨਾ ਉਹ ਦਾ ਜਵਾਬ ਧਿਆਨ ਹੈਗੀ ਆ ਕਿ ਕਰ ਰਹੀ ਆ ਡੈਡੀ ਜੀ ਘੱਟ ਬੋਲਦਾ ਵਾ ਉਹ ਕਿਤੇ ਉਹ ਮੈਨੂੰ ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਬਿਮਾਰ ਵਾ ਮੈਂ ਲੈ ਕੇ ਗਿਆ ਡਾਕਟਰ ਕੋ ਜਾਵਾਂ ਮੈਂ ਘਰ ਸੱਦਾਂ ਡਾਕਟਰ ਨੂੰ ਤੇ ਡੈਡੀ ਜੀ ਅੱਗੇ ਤੁਹਾਨੂੰ ਭੁਲੇਖਾ ਵਾ ਇੰਨੇ ਜੋਗਾ ਉਹ ਕਿੱਥੋਂ ਲੈ ਕਦੀ ਵੀ ਨਹੀਂ ਦਵਾਈ ਲੈ ਕੇ ਦੇਣੀ ਉਹਨਾਂ ਦਾ ਉਧਰ ਦਾ ਇਰਾਦਾ ਹੋਣਾ ਵੀ ਮਰ ਮੁਰ ਜਾਏਗਾ ਹਾਏ ਦੂਜੀ ਨੂੰ ਵੀ ਇਹਨਾਂ ਨੇ ਇਦਾਂ ਹੀ ਕੁੱਟ ਕੁੱਟ ਕੇ ਟਿਊਮਰ ਕੱਢ ਦਿੱਤਾ ਮੈਂ ਜਾਣੀ ਉਹ ਯਾਰ ਮਾਨ ਨਾ ਬਹਿ ਜਾ ਦੁੰਦਰ ਆਇਆ ਕਿਉਂ ਜੇ ਤੂੰ ਚਲ ਗਈ ਨਾ ਕੱਲ ਨੂੰ ਅਭੀ ਨਬੀ ਕੋਈ ਹੋ ਗਈ ਤੇ ਉਹਨੇ ਤੇਰੇ ਤੇ ਫਿਰ ਸ਼ੱਕ ਕਰ ਦੇਣਾ ਖਰਿਆੜੀ ਨਾ ਉਹਨੂੰ ਕੀ ਕਰ ਗਈ ਐ ਇਹ ਹਾਇਆ ਠੀਕ ਹੋ ਜਾਊਗੀ ਤੇ ਗੁਣ ਗਾਉਗੀ ਤੇ ਮੇਰੇ ਤਾਈ ਮੈਨੂੰ ਲੈ ਗਈ ਤੇ ਮੈਨੂੰ ਆਰਾਮ ਆ ਗਿਆ ਵਾ ਇਹੋ ਜਿਹੀਆਂ ਗੁੰਡੀ ਗਾਉਂਦੀਆਂ ਹੁੰਦੀਆਂ ਤੈਨੂੰ ਪਤਾ ਹੀ ਐ ਇਹਦਾ ਮੰਮੀ ਦੀ ਗੱਲ ਸੁਣ ਜੇ ਮਾੜਾ ਜਿਹਾ ਵੀ ਤੂੰ ਗਾਹ ਹੋਈ ਨਾ ਜੇ ਚਾਚੀ ਉੱਤੇ ਆ ਕੇ ਕਿਹੜਾ ਘਰੇ ਰਹਿੰਦੀ ਇੱਥੇ ਸਾਡੇ ਘਰੇ ਵੀ ਮੇਰੇ ਮਗਰੋਂ ਖਰਿਆ ਇੱਥੇ ਪੈਰਾ ਪਾ ਛੱਡਿਆ ਇਹਨੇ ਚੱਲ ਜਾਓ ਫਿਰ ਤੁਸੀਂ ਬੰਬੀ ਤੇ ਜਾਣਾ ਹੀ ਆਖਣ ਦੇ ਉਹ ਆ ਫਿਰ ਮੈਂ ਚੱਲਿਆ ਹਾਂ।
ਹੁਣ ਇਹ ਗੱਲ ਸੁਣ ਲਾ ਮੈਂ ਚਲੇ ਇਹ ਨਾ ਮਗਰੋਂ ਤੂੰ ਚੱਲ ਜੇ ਤੇ ਮਗਰੋਂ ਕਪਾਤੇ ਛੇੜਿਆ ਹੋਵੇ ਤੁਸੀਂ ਨਹੀਂ ਜਾਂਦੀ ਜਾ ਜਾ ਆਏ ਮਾਨ ਨਾ ਬੈਠੀ ਦੀ ਲੋੜ ਨਹੀਂ ਜਾਂਦੀ ਮੈਂ ਕਹਿੰਦੀ ਹੱਦ ਹੋ ਗਈ ਵੇਖ ਲਾ ਹੈ ਗੁਆਣ ਚਾਹ ਕੁਛ ਹੁੰਦਾ ਵਾ ਤੁਹਾਨੂੰ ਟੈਨਸ਼ਨ ਵਾਧੂ ਦੀ ਮੰਮੀ ਸਾਨੂੰ ਇਹਨਾਂ ਦਰਸ ਹੁੰਦਾ ਤੇ ਇਹਨਾਂ ਨੂੰ ਨਹੀਂ ਦਰਸ ਹੁੰਦਾ ਹੋਊਗਾ ਕੀਤਾ ਇਹ ਕਿੱਥੋਂ ਕਿਹੜੇ ਹਿਸਾਬ ਕਿਤਾਬ ਦੇ ਬਣੇ ਆ ਇਹ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਕੋ ਬਹੁਤ ਕਠੋਰ ਦੇ ਮੈਂ ਤੇਰੇ ਡੈਡੀ ਨੂੰ ਕਹਿਤਾ ਵੀ ਇਹ ਪਹਿਲੋਂ ਵੀ ਚੱਲਿਆ ਸੀ ਨਾ ਮੰਮੀ ਤੇ ਮੁੜ ਕੇ ਇੱਧਰ ਚੱਲ ਗਿਆ ਤੇ ਹੁਣ ਮੈਂ ਤਾਂ ਹੀ ਖਲਾਤਾ ਤੇ ਮੈਂ ਜਾਵਾਂ ਵਾਲਾ ਬੜੀ ਗਰਮੀ ਮੈਂ ਵੇਖ ਨਾ ਤੁਰਤੀ ਮੈਂ ਚੱਲ ਜਾਂਦੀ ਆ ਘਰ ਕੀ ਵੇਖਾਂ ਜਾ ਕੇ ਚੱਲ ਚੰਗਾ ਕੀਤਾ ਟਾਈਮ ਨਾਲ ਹੀ ਸਹੀ ਆ ਠੰਡੇ ਠੰਡੇ ਆਹੋ ਮੈਂ ਚੱਲ ਚੱਲ ਜਾਂਦੀ ਬਸ ਮਿਲ ਗਈ ਛੇਤੀ ਤੇ ਫਿਰ ਮੈਂ ਆ ਗਈ ਆ ਪਾਣੀ ਪੀਓ ਆਹੋ ਆ ਰੋਟੀ ਪਕਾਉਣ ਦੇ ਹੀ ਹਾਂਜੀ ਮੰਮੀ ਹੁਣ ਪਕਾਉਣ ਲੱਗੀ ਤੇ ਕਿਹੜੇ ਵੇਲੇ ਦੀ ਰੋਟੀ ਆ ਨਾ ਸ਼ਾਮਾਂ ਦੀ ਨਾ ਦੁਪਹਿਰ ਦੀ ਨਾ ਰਾਤ ਦੀ ਮੈਂ ਠੀਕ ਨਹੀਂ ਹੁਣ ਘਰ ਹੋਇਆ ਸੀ ਤੇ ਪੱਕਾ ਨਹੀਂ ਗਈ ਤਾਂ ਕਰਕੇ ਹੁਣ ਫਿਰ ਬੋਲੇ ਦਈ ਹੁੰਦੀ ਰੋਟੀ ਆਟੀ ਕੱਖ ਨਹੀਂ ਸਵੇਰ ਦੀ ਰੋਟੀ ਨਹੀਂ ਦਿੱਤੀ ਇਹਨੇ ਹੈ ਪਖੰਡ ਆਉਂਦੇ ਇਹਨੂੰ ਸਾਰੇ ਕੀ ਇਹਦੇ ਹੱਥ ਟੁੱਟੇ ਸਾਤੇ ਉੱਠ ਕੇ ਰੋਟੀ ਨਹੀਂ ਪਕਾ ਸਕਦੀ ਇਹ ਤਾਂ ਸਵੇਰ ਦਾ ਮੈਂ ਰੋਲੀ ਪਾਉਣ ਦਿਆ ਇਹਨੂੰ ਬੁਖਾਰ ਹੋਇਆ ਬੁਖਾਰ ਹੋਇਆ ਕੋਈ ਬੁਖਾਰ ਨਹੀਂ ਹੋਇਆ ਘਰ ਰੋਟੀਆਂ ਪਕਾਉਣ ਵੇਲੇ ਇਹਨੂੰ ਬੁਖਾਰ ਲੱਗਦਾ ਉਹ ਤਾਈ ਨਾਲ ਉੱਥੇ ਖਲੋ ਕੇ ਗੱਲਾਂ ਕਰਨ ਡਈ ਸੀ ਹੈਂ ਤੇ ਮੈਂ ਆਇਆ ਤੇ ਮੈਂ ਵੇਖਿਆ ਇਹਦੇ ਹੱਥ 100 ਦਾ ਨੋਟ ਇਹਨੂੰ ਫਿਰ ਪੁੱਛਿਆ ਵੀ 100 ਦਾ ਤੇਕੋਂ ਪੈਸੇ ਕਿੱਥੋਂ ਆਇਆ ਨੋਟ ਕਿੱਥੋਂ ਆਇਆ ਆਂਦੀ ਮੈਨੂੰ ਤਾਈ ਨੇ ਦਿੱਤਾ ਵਾ ਤੇ ਇੱਥੇ ਕੱਲੀ ਬਹਿ ਬਹਿ ਕੇ ਤਾਈ ਦੀਆਂ ਸਿਫਤਾਂ ਕੱਲੀ ਕਰੀ ਜਾਵੇ ਤਾਈ ਬੜੀ ਸ਼ਾਹੂਕਾਰ ਨੀ ਜਿਹੜੀ ਇਹਨੂੰ 100-100 ਦੇ ਰੁਪਇਆ ਦੇ ਕੇ ਗਈ ਆ ਕੀ ਪਤਾ ਆਡੀਆਂ ਮਾੜੀਆਂ ਚੰਗੀਆਂ ਦਾਦੀ ਹੋਣੀ ਅੰਦਰ ਜਾ ਕੇ ਵੀ ਹੋ ਜਾ ਇਹਦੇ ਮੈਂ ਹੱਥ ਤੱਤੇ ਕਰਦੀ ਆ ਇਹਨੂੰ ਤਈਆ ਨਹੀਂ ਚੜਿਆ ਇਹਨੂੰ ਜਿਹੜੀ ਰੋਟੀ ਨਹੀਂ ਪਕਾ ਸਕਦੀ ਤੇ ਤਾਈ ਨਾਲ ਮੈਂ ਗੱਲ ਕਰਦੀ ਨਾ ਤੇ ਤੂੰ ਇਹਨੂੰ 100 ਰੁਪਇਆ ਕਾਹਦਾ ਦਿੱਤਾ ਇਹਨੂੰ ਪਖੰਡ ਮਾਰਦੀ ਹਲੇ ਉਦੋਂ ਤਾਈ ਨਾਲ ਗੱਲ ਕੀਤੀ ਤਾਈ ਕੌਣ ਦੀ ਸਾਡੇ ਘਰ ਆਣ ਵਾਲੀ ਕਿਦਾਂ ਦੀਆਂ ਗੱਲਾਂ ਕਰਨ ਵਾਲੀ ਤਾਈ ਨੇ ਜੋ ਉਦੋਂ ਝਾੜ ਪੂਰੀ ਕਰਕੇ ਆਈ ਤਾਈ ਅਜੇ ਵੀ ਸਮਝਿਆ ਨਹੀਂ ਕੋਣੀ ਹੱਡੀ ਹਲੇ ਵੀ ਖੋਲੇ ਨੂੰ ਇਹਦੇ ਮੈਂ ਕੋੜੇ ਕੰਨ ਬਰਾਬਰ ਕਰਦੀ ਆ ਤਾਈ ਨੂੰ ਆ ਕੰਨ ਕਰਨੀ ਪੈਣੀ ਲੱਗਦੀ ਉਹਨੂੰ ਪਖੰਡ ਮਾਰਦੀ ਉਹ ਵੀ ਚਾਹੁੰਦੀ ਵੀ ਇਹਨਾਂ ਘਰ ਲੜਾਈ ਪਈ ਰਵੇ ਬੋਲਦੇ ਹੀ ਰਹਿਣ ਇਹਨੂੰ ਨਹੀਂ ਅਕਲ ਹੈਗੀ ਚਾਹੀਦੀ ਤੇ ਇਹਨੂੰ ਆ ਮਨਜੀਤ ਹਾਏ ਮੰਮੀ ਤੂੰ ਕੀ ਹੋ ਗਿਆ ਹਾਏ ਉਹ ਤੇ ਜਮਦੂਤ ਆ ਵੀ ਗਈ ਆ ਹਾਏ ਹਾਏ ਮੰਮੀ ਤਾਂ ਕਾਹਨੂੰ ਆਨੇ ਹੁੰਨੇ ਆ ਨਹੀਂ ਕੀ ਆਖਣਾ ਤੇ ਜਮਦੂਤਾ ਤੋਂ ਵੀ ਵੱਧ ਵਾ ਨਹੀਂ ਤੇਰੀ ਗੱਲ ਚੰਗੀ ਤੇਰੇ ਪਿਓ ਦੀ ਵੀ ਚੰਗੀ ਜੇ ਮੈਂ ਕਿਤੇ 5 ਮਿੰਟ ਪਹਿਲਾਂ ਗਈ ਹੁੰਦੀ ਉਹਨੇ ਆ ਵੀ ਤੇਰੇ ਗੱਲ ਪਈ ਨਹੀਂ ਉਹਨੇ ਲੱਥਣਾ ਫਿਰ ਕੰਮ ਖਰਾਬ ਹੀ ਉਹਨੇ ਇੱਥੇ ਆਣ ਕੇ ਸਾਡੇ ਗੱਲ ਪਈ ਵੀ ਨਹੀਂ ਲੱਥਣਾ ਵੀ ਤੁਸੀਂ ਆਪਣੀ ਸੱਸ ਨੂੰ ਨਹੀਂ ਵਰਜ ਕੇ ਰੱਖ ਦੇ ਆਉਂਦੇ ਹੁੰਦੇ ਨਾ ਕਰ ਭਲਾ ਤੇ ਹੋ ਭਲਾ ਮੈਂ ਤੇ ਚੱਲੀ ਸੀ ਭਲਾ ਕਰਨ ਮੇਰਾ ਤਾਂ ਉਹਨੇ ਕਰ ਦੇਣਾ ਸੀ ਕੰਮ ਤੁਹਾਡਾ ਪਲਾ ਜ਼ਿਆਦਾ ਹੋ ਜਾਣਾ ਸੀ ਚੰਗਾ ਹੋਇਆ ਭੈਣਾ ਕਸਮਾਂ ਨੂੰ ਖਾਣ ਮੇਰੀ ਗੱਲੋਂ ਆਹ ਜਿੱਥੇ ਮਰਜ਼ੀ ਇਲਾਜ ਕਰਾਉਂਦੇ ਮੈਂ ਜਾ ਹੁਣ ਚਾਚੀ ਆ ਵੀ ਗਈ ਹੈ ਨਾ ਜਾ ਦਵਾਈ ਦਵਾ ਦੇਣਗੇ ਤੇ ਮੇਰਾ ਨਾਮ ਟਾ ਦੇ ਪਤਾ ਨਹੀਂ ਕਿਤਨਾ ਦਾ ਮਨ ਇੰਨਾ ਕਠੋਰ ਹੈ ਕਿਤੇ ਜਿਹੜਾ ਉਹ ਹਿਸਾਬ ਨਹੀਂ ਤੇ ਆਪਣੀ ਟੈਨਸ਼ਨ ਪੈ ਗਈ ਚੰਗਾ ਹੋਇਆ ਬਾਬਾ ਮੈਂ ਨਹੀਂ ਗਈ ਤੇ ਜੋ ਇਹਦਾ ਮਰਜ਼ੀ ਲਿਆਉਣ ਦਵਾਈ ਨਾ ਲਿਆਉਣ ਹਾਏ ਹਾਏ ਅੱਗੇ ਇੱਕ ਨਹੀਂ ਸੀ ਮਾਣ ਤੋ ਮੰਮੀ ਹੋਰ ਆ ਗਈ ਕਹਿਣ ਮੰਮੀ ਮੰਮੀ ਲੱਲਾ ਉਹ ਬੀ ਹੋ ਫੜਨ ਖੱਤੇ ਆਪਣੇ ਜਾ ਪੜ ਲੈ ਉਹ ਡਿੱਗ ਗਈ ਆ ਕੋ ਹੋ ਜੂ ਉਹਨੂੰ ਕੱਖ ਨਹੀਂ ਹੋਇਆ ਕਿੱਡੀ ਇਹਨੇ ਸੁਰਖੀ ਬਿੰਦੀ ਲਾਈ ਆ ਐ ਕਿਨੂੰ ਖਾਲ ਨਹੀਂ ਲਾਈ ਇਹਨੇ ਚਲ ਉੱਠ ਆਪਣਾ ਤੇ ਪੱਜ ਪੂਰਾ ਕਰੀਏ ਕੋ ਹੋ ਗਿਆ ਤੇ ਫੇਰ ਦਵਾਈ ਜਿਆਦੀ ਦਵਾਉਣੀ ਪਊਗੀ ਨਹੀਂ ਸੁਰਖ ਉੱਠ ਕਿੰਨਾ ਘਰੇ ਗਈ ਆ ਤਾਰੀਆਂ ਜਾ ਡਾਕਟਰ ਲਿਆ ਕੇ ਆ ਛੇਤੀ ਉਹ ਪਾਣੀ ਦੇ ਛਿੱਟੇ ਮਾਰੋ ਮੂੰਹ ਦੇ ਜਾ ਉਹਦੇ ਡਾਕਟਰ ਲਿਆ ਕੇ ਬੀਪੀ ਘਟਿਆ ਹੋਣਾ ਸੀ ਕੁੱਟਣ ਲੱਗਾ ਤੇ ਕਿਤੇ ਵੇਂਦਾ ਨਹੀਂ ਪਾਉਂਦਾ ਹੌਲੀ ਮਾਰਦਾ ਤੇ ਅੱਖ ਦਾ ਡਰਾਵਾ ਰੱਖ ਤੂੰ ਉਹਦਾ ਕੋ ਹੋ ਗਿਆ ਤੇ ਮੁੜ ਕੇ ਖਾਏ ਕਿ ਫਸ ਜਾਾਂਗੇ ਨਹੀਂ ਕੁੜੀਏ ਉੱਠ ਸੂਟ ਪ੍ਰੈਸ ਕਰ ਨਹੀਂ ਭੈਣ ਜੀ ਕੀ ਕਰ ਆਈ ਮੇਰੇ ਘਰ ਹਾਏ ਹਾਏ ਭੈਣਾ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਕੀ ਹੋ ਗਿਆ ਵਾ ਡਰਾਦਾਰ ਤੂੰ ਬੜੀ ਗਈ ਆ ਹਾਂ ਕੀ ਹੋ ਗਿਆ ਬਿਮਾਰ ਹੋ ਗਈ ਮੇਰੀ ਨਾ ਤੂੰ 100 ਰੁਪਇਆ ਦੇ ਆਈ
राज दस तेरी नौ ते मेरी कुछ नी लगती बीमार हो गई मेरी नौ 100 रुपये ना आहो ते 100 रुपया कि साबी को देने तेन आंदा ते नहीं मेरी गल सुन बीमार सुख हो गई यार 100 रुपया साबी को साबी नु कुछ नहीं होया मर्जी गरीब गुरबे है ना साडा दिल दरिया वा सारा दिल इधर तू मेरे घर छोड़ दे लगी तदे मेरी नौ बीमार हो गई थले डिग गई नहीं तू जिन्ने मर्जी दे मेनू पैसे दे जे हन को हो जू ते आखी पैसे कुछ नहीं ना करदी है ओए टाइम भर लिया ओए बजीत वेख ला फिर तू कीता पौना ही राज जे तू हानू माड़ा कहना ने चल रब वेंदा वा आवे भैन जा साडे घर आई नहीं तेरे आंदे तेनू मैं तो भी आखे मेरी दली जाने नगी होण का तो मेरे तो नंगी आ तो ही आंदे बाहर चल के तू ओसे में आ गई नहीं तो कौन हो जाना अगे तुम सारे डक देना मम्मी ना जा मेन फिर तरस आंदा मैं जानी हाँ आवे भेना जा जड़ वा भेना टिकन नहीं दिंदी के।